For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. ਸਤਿ ਸ਼੍ਰੀ ਅਕਾਲ ਏਵਨ ਪੰਜਾਬੀ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੀਤ ਪਟਵਾਰ ਲੈ ਕੇ ਹਾਜ਼ਰ ਹਾਂ ਸਮੇਂ ਦੀ ਵੱਡੀ ਖਬਰ, ਅਤੇ ਵੱਡੀ ਖਬਰ ਮਲੇਰਕੋਟਲਾ ਤੋਂ ਆ ਰਹੀ ਹੈ। ਇੱਥੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਈਦ ਦੇ ਤਿਉਹਾਰ 'ਤੇ ਮਲੇਰਕੋਟਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ। ਪੂਰੀ ਖਬਰ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਸੁੱਖਾ ਖੇੜੀਵਾਲਾ ਜੀ ਦੇ ਨਾਲ। ਜੀ ਸੁੱਖਾ ਜੀ, ਇਸ ਐਲਾਨ ਨਾਲ ਮਲੇਰਕੋਟਲਾ ਵਾਸੀਆਂ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ? ਜੀ ਦੱਸਾਂ ਜੋ ਕਿ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਸੀ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਚੱਲ ਰਹੀ ਸੀ, ਪਰ ਜਿਹੜਾ ਹੈਗਾ ਅੱਜ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ ਜ਼ਿਲ੍ਹਾ ਹੈਗਾ ਬਹੁਤ ਜਲਦੀ ਇਹਨੂੰ ਬਣਾ ਦਿੱਤਾ ਜਾਊਗਾ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਹੈ ਜੀ। ਤੇ ਲੋਕਾਂ ਮੰਨਣਾ ਕਿ ਅੱਜ ਇਸ ਵੱਡੇ ਦਿਨ ਤੇ ਇਹ ਜਿਹੜਾ ਉਹਨਾਂ ਨੂੰ ਤੋਹਫ਼ਾ ਮਿਲਿਆ ਇੱਕ ਜ਼ਿਲ੍ਹੇ ਦਾ, ਤਾਂ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜੀ। ਇਸ ਕਰਕੇ ਕਾਂਗਰਸ ਪਾਰਟੀ ਨੇ ਆਪਣਾ ਜਿਹੜਾ ਹੈਗਾ ਚੋਣ ਮੈਨੀਫੈਸਟੋ ਦੇ ਵਿੱਚ ਆਪਣਾ ਵਾਅਦਾ ਕੀਤਾ ਸੀ ਜ਼ਿਲ੍ਹਾ ਬਣਾਉਣ ਦਾ ਮਲੇਰਕੋਟਲੇ ਨੂੰ, ਉਹ ਕਿਤੇ ਨਾ ਕਿਤੇ ਪੂਰਾ ਆਉਂਦਾ ਜਿਹੜਾ ਦਿਖ ਰਿਹਾ ਜੀ। ਤੇ ਇਸ ਖਬਰ ਨੂੰ ਲੈ ਕੇ ਲੋਕਾਂ 'ਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ? ਜੀ ਦੱਸਣਾ ਚਾਹਾਂਗਾ ਕਿ ਅੱਜ ਇੱਕ ਅਹਿਮ ਦਿਨ ਸੀ ਜਿਸ ਨੂੰ ਲੈ ਕੇ ਕਿ ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਦਿਨ ਹੁੰਦਾ, ਖੁਸ਼ੀ ਹੁੰਦੀ ਆ, ਜਿਸ ਨੂੰ ਲੈ ਕੇ ਅੱਜ ਜਿੱਥੇ ਕੇਂਦਰੀ ਮੰਤਰੀ ਪਹੁੰਚੇ ਹੋਏ ਸੀ, ਖਜ਼ਾਨਾ ਮੰਤਰੀ ਪਹੁੰਚੇ ਹੋਏ ਸੀ, ਤੇ ਉਮੀਦ ਸੀ ਲੋਕਾਂ ਨੂੰ ਵੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਵੱਡੀ ਗੱਲ ਤੇ ਵੱਡਾ ਕੋਈ ਐਲਾਨ ਸੁਣਨ ਨੂੰ ਮਿਲੇਗਾ। ਉਹੀ ਹੋਇਆ ਕਿ ਉਹਨਾਂ ਨੂੰ ਜਿਹੜਾ ਹੈਗਾ ਜ਼ਿਲ੍ਹੇ ਦਾ ਐਲਾਨ ਹੈਗਾ ਹੋਇਆ ਤੇ ਜਲਦ ਬਣਾਉਣ ਦੀ ਗੱਲ ਕਹੀ ਹੈ, ਜਿਸ ਤੋਂ ਲੈ ਕੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਆਦੀ ਤੇ ਉਹਨਾਂ ਜਲਦ ਜਲਦ ਉਮੀਦ ਜਤਾਇਆ ਕਿ ਜਲਦੀ ਮਲੇਰਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇਗਾ ਜੀ। ਤੇ ਮਨਪ੍ਰੀਤ ਬਾਦਲ ਨੇ ਮੁਸਲਿਮ ਭਾਈਚਾਰੇ ਲਈ ਕੋਈ ਹੋਰ ਵੀ ਐਲਾਨ ਕੀਤਾ? ਜੀ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਕਿ ਹੁੰਦਾ ਹੀ ਆ ਹਰ ਸਾਲ, ਤਾਂ ਇਸ ਸਾਲ ਜਿਹੜਾ ਕਾਂਗਰਸ ਨੇ ਜਿਹੜਾ ਹੈਗਾ ਮਨਪ੍ਰੀਤ ਬਾਦਲ ਵੱਲੋਂ ਜਿੱਥੇ 1 ਕਰੋੜ ਰੁਪਇਆ ਦੇਣ ਦਾ ਐਲਾਨ ਕੀਤਾ ਗਿਆ ਈਦਗਾਹ ਕਮੇਟੀ ਨੂੰ, ਉੱਥੇ ਹੀ ਇਸ ਨੂੰ ਦੇਖਦੇ ਹੋਏ ਜਿਹੜਾ ਕਿ ਕੇਂਦਰੀ ਮੰਤਰੀ ਜੀ ਨਵਜੋਤ ਸਿੰਘ ਸਿੱਧੂ ਉਹਨਾਂ ਵੱਲੋਂ ਜਿਹੜਾ ਹੈਗਾ 50 ਲੱਖ ਆਪਣੇ ਖਾਤੇ ਦੇ ਵਿੱਚੋਂ ਦੇਣ ਦੀ ਗੱਲ ਕਹੀ ਹੈ। ਕਹਿੰਦਾ ਭਾਵੇਂ ਹੈ ਕਿ 1 ਕਰੋੜ ਰੁਪਇਆ ਤੇ 50 ਲੱਖ 1.5 ਕਰੋੜ ਰੁਪਏ ਦਾ ਜਿਹੜਾ ਅਨਾਊਂਸਮੈਂਟ ਹੋਈ ਆ, ਜਿਹੜੇ ਕਿ ਈਦਗਾਹ ਕਮੇਟੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦੇਣ ਦੀ ਗੱਲ ਕਹੀ ਗਈ ਹੈ ਜੀ। ਸੋ ਇਹ ਸਨ ਸਾਡੇ ਪੱਤਰਕਾਰ ਸੁੱਖਾ ਖੇੜੀਵਾਲਾ, ਜਿਨ੍ਹਾਂ ਨੇ ਸਾਨੂੰ ਪੂਰੀ ਖਬਰ ਦੀ ਜਾਣਕਾਰੀ ਦਿੱਤੀ ਹੈ। ਸੋ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਇਹ ਐਲਾਨ ਬਹੁਤ ਵੱਡਾ ਐਲਾਨ ਹੈ। ਇਸ ਐਲਾਨ ਨਾਲ ਮਲੇਰਕੋਟਲਾ ਵਾਸੀਆਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.